ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਦੱਸਾਂਗੇ ਕਿ ਜੇਕਰ ਤੁਹਾਡੇ ਤੋਂ ਕਿਸੇ ਨੇ ਪੈਸਾ ਉਧਾਰ ਲਿੱਤਾ ਹੈ ਤੇ ਉਹ ਵਾਪਿਸ ਨਹੀਂ ਕਰ ਰਿਹਾ ਹੈ ਤਾਂ ਕੀ ਕਰੀਏ। ਕਿਉਂਕਿ ਦੇਖੋ ਜੀ, ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਬੰਦੇ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ ਉਹ ਕਿਸੇ ਕੋਲ ਮੰਗਣ ਜਾਂਦਾ ਹੈ ਤਾਂ ਉਹ ਗਾਂ ਬਣ ਕੇ ਜਾਂਦਾ ਹੈ, ਇੱਕਦਮ ਸਿੱਧਾ ਸਾਦਾ ਨਰਮ ਸੌਫਟ, ਹੈ ਨਾ। ਤੇ ਜਿਸ ਵੇਲੇ ਉਹਦੇ ਤੋਂ ਪੈਸੇ ਮੰਗੇ ਜਾਂਦੇ ਹਨ ਤੇ ਉਹ ਸ਼ੇਰ ਬਣ ਜਾਂਦਾ ਹੈ ਤੇ ਸਾਨੂੰ ਆਪਣੇ ਹੀ ਪੈਸਿਆਂ ਵਾਸਤੇ ਉਸ ਤੋਂ ਭੀਖ ਮੰਗਣੀ ਪੈਂਦੀ ਹੈ। ਇੱਥੋਂ ਤੱਕ ਕਿ ਕਈ ਵਾਰ ਤਾਂ ਉਹਦੇ ਘਰ ਦੇ ਕਿੰਨੇ ਹੀ ਸਾਨੂੰ ਚੱਕਰ ਲਗਾਉਣੇ ਪੈਂਦੇ ਹਨ, ਪਰ ਫਿਰ ਵੀ ਉਹ ਪੈਸੇ ਵਾਪਿਸ ਨਹੀਂ ਕਰਦਾ ਹੈ, ਆਪਣੀ ਅਕੜ ਦਿਖਾਉਂਦਾ ਹੈ। ਐਸੇ ਵਿੱਚ ਕੀ ਕੀਤਾ ਜਾਵੇ? ਅੱਜ ਦੀ ਵੀਡੀਓ ਵਿੱਚ ਅਸੀਂ ਉਹੀ ਦੱਸਣ ਵਾਲੇ ਹਾਂ ਕਿ ਜਿਹੜੇ ਬੰਦੇ ਨੇ ਤੁਹਾਡੇ ਤੋਂ ਪੈਸੇ ਲਿੱਤੇ ਹੈ, ਜੇ ਤੁਸੀਂ ਇਹ ਵਾਲਾ ਉਪਾਅ ਕਰੋਗੇ ਤਾਂ ਉਹਦਾ ਤੇਲ ਨਿਕਲ ਜਾਏਗਾ। ਕਹਿਣ ਦਾ ਭਾਵ ਕਿ ਉਹ ਖੁਦ ਹੋ ਕੇ ਤੁਹਾਡੇ ਘਰ ਵਿੱਚ ਪੈਸਾ ਵਾਪਿਸ ਕਰਨ ਆਏਗਾ। ਕਹਿ ਮਤਲਬ ਉਹਦੇ ਨਾ ਮਨ ਵਿੱਚ ਬੇਚੈਨੀ ਹੋ ਜਾਏਗੀ ਕਿ ਮੈਂ ਮਤਲਬ ਉਹ ਰੁਕੇਗਾ ਹੀ ਨਹੀਂ ਤੇ ਉਹ ਕੁਛ ਵੀ ਕਰੇਗਾ ਪਰ ਤੁਹਾਡੇ ਪੈਸੇ ਵਾਪਿਸ ਦੇ ਕੇ ਜਾਏਗਾ। ਪੈਸੇ ਵਾਪਸ ਕੀਤਾ ਉਹਨੂੰ ਚੈਨ ਹੀ ਨਹੀਂ ਆਏਗਾ, ਹਮੇਸ਼ਾ ਟੈਂਸ਼ਨ ਵਿੱਚ ਰਹੇਗਾ, ਉਹਦਾ ਸਿਰ ਦੁਖਦਾ ਰਹੇਗਾ। ਤੇ ਚਲੋ ਫਿਰ ਉਸ ਬੰਦੇ ਨੂੰ ਆਪਾਂ ਟੈਂਸ਼ਨ ਦਿੰਦੇ ਹਾਂ ਜੋ ਭੋਲਾ ਬਣ ਕੇ ਤੁਹਾਡੇ ਤੋਂ ਪੈਸੇ ਤਾਂ ਲੈ ਗਿਆ ਤੇ ਹੁਣ ਸ਼ੇਰ ਬਣ ਰਿਹਾ, ਅਕੜ ਰਿਹਾ ਹੈ। ਬਸ ਹੁਣ ਤੁਸੀਂ ਅੱਜ ਤੋਂ ਚੈਨ ਦੀ ਨੀਂਦ ਸੋਣੀ ਹੈ, ਭਾਵੇਂ ਤੁਹਾਡਾ ਕਿਸੇ ਨੇ ਕਿੰਨਾ ਵੀ ਪੈਸਾ ਲਿੱਤਾ ਹੋਵੇ, ਤੁਸੀਂ ਕਿਸੇ ਨੂੰ ਉਧਾਰ ਦਿੱਤਾ ਹੈ, ਕਿਸੇ ਨੂੰ ਵਿਆਜ ਤੇ ਦਿੱਤਾ, ਜਾਂ ਤੁਹਾਡਾ ਕਾਫੀ ਟਾਈਮ ਤੋਂ ਤੁਹਾਨੂੰ ਪੈਸਾ ਰੁਕਿਆ ਪਿਆ ਹੈ ਕਿਧਰੇ, ਤਾਂ ਉਹ ਜ਼ਰੂਰ ਤੁਹਾਡਾ ਵਾਪਿਸ ਆ ਜਾਏਗਾ। ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਐਸੇ ਦੋ ਉਪਾਅ ਦੱਸਾਂਗੀ ਜਿਸ ਦੇ ਨਾਲ ਤੁਹਾਡਾ ਪੈਸਾ 100% ਵਾਪਿਸ ਆਏਗਾ ਹੀ ਆਏਗਾ। ਤੇ ਉਹ ਦੋ ਉਪਾਅ ਕਿਹੜੇ ਹਨ ਉਹ ਦੱਸਣ ਤੋਂ ਪਹਿਲੇ ਹੱਥ ਜੋੜ ਕੇ ਬੇਨਤੀ ਹੈ, ਜੇਕਰ ਹਾਲੇ ਤੱਕ ਵੀਡੀਓ ਮੇਰੀ ਤੁਸੀਂ ਲਾਈਕ ਨਹੀਂ ਕੀਤੀ ਹੈ, ਸਭ ਤੋਂ ਪਹਿਲੇ ਤਾਂ ਵੀਡੀਓ ਲਾਈਕ ਕਰ ਦਿਓ ਜੀ। ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਕਮੈਂਟ ਵਿੱਚ ਆਪਣੀ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰੋ ਜੀ। ਤੇ ਚਲੋ ਜੀ, ਹੁਣ ਗੱਲ ਕਰ ਲੈਂਦੇ ਹਾਂ ਉਪਾਅ ਦੀ। ਅੱਜ ਮੈਂ ਤੁਹਾਨੂੰ ਤੁਹਾਡੇ ਪੈਸੇ ਵਾਪਸ ਲਿਆਉਣ ਵਾਸਤੇ ਦੋ ਉਪਾਅ ਦੱਸ ਰਹੀ ਹਾਂ। ਦੋਨੋਂ ਉਪਾਅ ਹੀ ਬਹੁਤ ਜ਼ਿਆਦਾ ਪਾਵਰਫੁਲ ਹਨ, ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਭਾਵੇਂ ਇਹ ਦੋਨਾਂ ਵਿੱਚੋਂ ਜਿਹੜਾ ਉਪਾਅ ਤੁਹਾਨੂੰ ਕੰਫਰਟੇਬਲ, ਜਿਹਦੇ ਵਿੱਚ ਤੁਹਾਨੂੰ ਲੱਗੇ ਉਹਦੇ ਵਿੱਚੋਂ ਤੁਸੀਂ ਇੱਕ ਉਪਾਅ ਕਰ ਸਕਦੇ ਹੋ। ਜੇ ਚਾਹੋ ਤਾਂ ਦੋਨੋਂ ਉਪਾਅ ਵੀ ਕਰ ਸਕਦੇ ਹੋ ਕਿਉਂਕਿ ਉਹ ਸੋਨੇ ਤੇ ਸੁਹਾਗਾ ਹੋਏਗਾ। ਇਹ ਜਿਹੜਾ ਉਪਾਅ ਆਪਾਂ ਕਰਾਂਗੇ ਕਰਨੇ ਹਨ ਬੁੱਧਵਾਰ ਨੂੰ ਤੇ ਕਰਨੇ ਹਨ ਰਾਤ ਨੂੰ। ਪਹਿਲੇ ਉਪਾਅ ਵਿੱਚ ਤੁਹਾਨੂੰ ਚਾਹੀਦਾ ਹੈ 5 ਲੌਂਗ ਤੇ 2 ਕਪੂਰ, ਠੀਕ ਹੈ। 5 ਲੌਂਗ ਤੇ 2 ਕਪੂਰ ਲੈ ਕੇ ਉਸਨੂੰ ਤੁਸੀਂ ਇੱਕ ਥੈਲੀ ਵਿੱਚ, ਪਲਾਸਟਿਕ ਦੀ ਥੈਲੀ ਵਿੱਚ ਪਾ ਲਓ, ਕਿਸੇ ਵੀ ਚੀਜ਼ ਵਿੱਚ ਵੀ ਪਾ ਸਕਦੇ ਹੋ, ਜ਼ਰੂਰੀ ਨਹੀਂ ਹੈ, ਠੀਕ ਹੈ। ਫਿਰ ਉਸਨੂੰ ਜਦੋਂ ਤੁਸੀਂ ਸੌਣ ਲੱਗੇ ਹੋ ਉਸ ਥੈਲੀ ਨੂੰ ਆਪਣੇ ਸਰਾਣੇ ਦੇ ਨੀਚੇ ਰੱਖ ਕੇ ਸੌਣਾ ਹੈ ਤੇ ਮਨ ਵਿੱਚ ਬੋਲਣਾ ਹੈ, ਜਿਸ ਬੰਦੇ ਤੋਂ ਤੁਸੀਂ ਪੈਸਾ ਲੈਣਾ ਹੈ ਨਾ ਉਹਦਾ ਨਾਮ ਲੈ ਕੇ ਸੌਣਾ ਹੈ ਕਿ ਉਹ ਬੰਦਾ ਮੈਨੂੰ ਜੋ ਧੋਖਾ ਦੇ ਰਿਹਾ ਹੈ, ਮੈਨੂੰ ਪਾਗਲ ਬਣਾ ਕੇ ਮੇਰੇ ਤੋਂ ਪੈਸੇ ਲੈ ਗਿਆ ਹੈ, ਉਹ ਮੈਨੂੰ ਜਲਦੀ ਤੋਂ ਜਲਦੀ ਪੈਸਾ ਵਾਪਿਸ ਕਰ ਦੇਵੇ। ਬਸ ਤੁਸੀਂ ਸੋ ਜਾਣਾ ਹੈ, ਸਵੇਰੇ ਉੱਠ ਕੇ ਵੀਰਵਾਰ ਨੂੰ ਤੁਸੀਂ ਉਹ ਥੈਲੀ ਕੱਢਣਾ ਹੈ ਬਾਹਰ ਤੇ ਲੌਂਗ ਤੇ ਕਪੂਰ ਨੂੰ ਤੁਸੀਂ ਜਲਾ ਦੇਣਾ ਹੈ। ਜਲਾਉਣ ਤੋਂ ਬਾਅਦ ਆਪਣੇ ਘਰ ਤੋਂ ਬਾਹਰ ਜਾਣਾ ਹੈ, ਫਿਰ ਉਸ ਬੰਦੇ ਦਾ ਨਾਮ ਲੈਣਾ ਹੈ ਜਿਸ ਤੋਂ ਤੁਸੀਂ ਪੈਸਾ ਵਾਪਿਸ ਲੈਣਾ ਹੈ ਤੇ ਇਸ ਜਿਹੜੀ ਰਾਖ ਨੂੰ ਫੂਕ ਮਾਰ ਦੇਣੀ ਹੈ। ਬਸ ਇੰਨਾ ਹੀ ਕੰਮ ਕਰਨਾ ਹੈ। ਦੇਖਣਾ ਤੁਸੀਂ ਕਿ ਤੁਹਾਡਾ ਜਿਹੜਾ ਕਰਜ਼ਾ ਹੈ ਬਹੁਤ ਜਲਦੀ ਉਤਰ ਜਾਏਗਾ। ਇਸ ਨੂੰ ਤੁਸੀਂ ਲਗਾਤਾਰ 4 ਬੁੱਧਵਾਰ ਕਰੋ ਮਹੀਨੇ ਦੇ ਅੰਦਰ। ਵੈਸੇ ਤਾਂ ਲੋਕਾਂ ਨੂੰ, ਕਈ ਲੋਕਾਂ ਨੂੰ 15 ਤੋਂ 20 ਦਿਨਾਂ ਵਿੱਚ ਵੀ ਪੈਸਾ ਵਾਪਿਸ ਉਹਨਾਂ ਦਾ ਆ ਗਿਆ ਹੈ, ਰਿਜ਼ਲਟ ਮਿਲਿਆ ਹੈ, ਪਰ ਮੈਕਸੀਮਮ ਮੈਂ ਤੁਹਾਨੂੰ ਦੱਸ ਰਹੀ ਹਾਂ ਮਹੀਨੇ ਤੋਂ ਲੈ ਕੇ 1.5 ਮਹੀਨੇ ਤੱਕ 6-7 ਬੁੱਧਵਾਰ ਵੀ ਤੁਸੀਂ ਕੀਤਾ ਤੇ ਤੁਹਾਡਾ ਪੈਸਾ ਜ਼ਰੂਰ ਬਰ ਜ਼ਰੂਰ ਵਾਪਿਸ ਆ ਜਾਏਗਾ।
ਤੇ ਹੁਣ ਗੱਲ ਕਰ ਲੈਂਦੇ ਹਾਂ ਦੂਸਰੇ ਉਪਾਅ ਦੀ। ਦੂਸਰੇ ਉਪਾਅ ਵਿੱਚ ਵੀ ਸਾਨੂੰ ਚਾਹੀਦੇ ਹਨ 5 ਲੌਂਗ, ਇੱਕਦਮ ਫੁੱਲ ਵਾਲੇ ਲੌਂਗ, ਕੋਈ ਟੁੱਟਿਆ ਫੁੱਟਿਆ ਨਹੀਂ ਹੋਣਾ ਚਾਹੀਦਾ। ਉਸ ਦੇ ਨਾਲ ਸਾਨੂੰ ਚਾਹੀਦਾ ਹੈ ਆਟੇ ਦਾ ਦੀਵਾ। ਆਟੇ ਦੇ ਦੀਵੇ ਨੂੰ ਜਦੋਂ ਤੁਸੀਂ ਬਣਾਉਣਾ ਹੈ ਉਹਦੇ ਵਿੱਚ ਥੋੜ੍ਹੀ ਜਿਹੀ ਪਾਣੀ ਹੈ ਹਲਦੀ, ਉਸ ਨੂੰ ਫਿਰ ਆਟੇ ਦਾ ਦੀਵਾ ਜਦੋਂ ਬਣ ਗਿਆ, ਇਹ ਕੰਮ ਹੁਣ ਤੁਸੀਂ ਕਰਨਾ ਹੈ। ਮੈਂ ਤੁਹਾਨੂੰ ਕਿਹਾ ਦੱਸਿਆ ਹੀ ਹੈ ਕਿ ਬੁੱਧਵਾਰ ਦੀ ਰਾਤ ਨੂੰ, ਠੀਕ ਹੈ। ਹੁਣ ਰਾਤ ਨੂੰ ਜਿਸ ਵੇਲੇ ਸਾਰੇ ਸੋ ਜਾਂਦੇ ਹਨ ਮੀਨਸ ਕਿ ਜਦੋਂ ਤੁਹਾਡਾ ਰਸੋਈ ਦਾ ਸਾਰਾ ਕੰਮ ਮੁੱਕ ਗਿਆ ਹੈ, ਭਾਵੇਂ ਇਹ ਵਾਲਾ ਉਪਾਅ ਕੋਈ ਲੇਡੀ ਕਰ ਰਹੀ ਹੈ, ਜੈਂਟਸ ਕਰ ਰਹੀ ਹੈ, ਕੋਈ ਵੀ ਕਰ ਸਕਦਾ, ਕੋਈ ਫਰਕ ਨਹੀਂ ਪੈਂਦਾ। ਕਹਿਣ ਦਾ ਭਾਵ ਇਹ ਹੈ ਕਿ ਰਸੋਈ ਦਾ ਚੁੱਲ੍ਹਾ ਬੰਦ ਹੋ ਗਿਆ ਹੋਵੇ, ਪੂਰੀ ਰਸੋਈ ਤੁਹਾਡੀ ਕਲੀਨ ਹੋ ਗਈ ਹੋਵੇ, ਉਸ ਵੇਲੇ ਤੁਸੀਂ ਇਹ ਉਪਾਅ ਕਰਨਾ ਹੈ। ਇੱਕ ਆਟੇ ਦਾ ਦੀਵਾ ਬਣਾ ਲਿਆ, ਹਲਦੀ ਨਾਲ ਉਸਨੂੰ ਗੁੰਨ ਲਿੱਤਾ। ਉਸ ਦੇ ਅੰਦਰ ਆਪਾਂ ਪਾਣਾ ਹੈ ਸਰੋਂ ਦਾ ਤੇਲ। ਸਰੋਂ ਦਾ ਤੇਲ ਪਾ ਕੇ ਉਹਦੇ ਅੰਦਰ ਰੂਈ ਦੀ ਇੱਕ ਬਾਤੀ ਰੱਖ ਦੇਣੀ ਹੈ ਤੇ ਰੱਖ ਦੇਣੀ ਹੈ ਅੰਦਰ 5 ਲੌਂਗ, ਠੀਕ ਹੈ। ਤੇ ਇਸ ਦੀਵੇ ਨੂੰ ਜਲਾ ਕੇ ਅਸੀਂ ਰਸੋਈ ਵਿੱਚ ਹੀ ਰੱਖ ਦੇਣਾ ਹੈ। ਇਸ ਦੇ ਅੰਦਰ ਤੁਸੀਂ ਤੇਲ ਉਨਾ ਹੀ ਪਾਣਾ ਕਿ ਕਮ ਸੇ ਕਮ 2 ਘੰਟੇ ਤਾਂ ਉਹ ਦੀਵਾ ਜਲੇ ਹੀ ਜਲੇ। ਪਰ ਰੱਖਣਾ ਤੁਸੀਂ ਰਸੋਈ ਵਿੱਚ ਹੀ ਹੈ, ਪਰ ਇਸ ਗੱਲ ਦਾ ਧਿਆਨ ਰੱਖਣਾ ਗੈਸ ਦੇ ਕੋਲ ਨਾ ਰੱਖ ਦੇਣਾ, ਕਿਤੇ ਸੇਫ ਜਗ੍ਹਾ ਤੇ ਰਸੋਈ ਵਿੱਚ ਨੀਚੇ ਰੱਖ ਦੇਣਾ ਤੇ ਉਸ ਨੂੰ ਜਲਣ ਦੇਣਾ ਤੇ ਆਪਣਾ ਆਰਾਮ ਨਾਲ ਆ ਕੇ ਤੁਸੀਂ ਸੋ ਜਾਣਾ ਹੈ, ਠੀਕ ਹੈ। ਸੋਣ ਤੋਂ ਬਾਅਦ ਜਦੋਂ ਤੁਸੀਂ ਸਵੇਰੇ ਉੱਠੋਗੇ ਵੀਰਵਾਰ ਨੂੰ, ਠੀਕ ਹੈ, ਉਹ ਦੀਵਾ ਤਾਂ ਠੰਡਾ ਹੋ ਗਿਆ ਹੋਏਗਾ, ਹੈ ਨਾ। ਉਸ ਨੂੰ ਲੈ ਕੇ ਜਾਣਾ ਹੈ, ਉਹਦੇ ਵਿੱਚ ਜਿਹੜੇ 5 ਲੌਂਗ ਹੈ, ਠੀਕ ਹੈ, ਤੇ ਜਿਹੜੀ ਬਾਤੀ ਹੈ, ਬਾਤੀ ਔਰ ਦੀਵੇ ਨੂੰ ਤਾਂ ਤੁਸੀਂ ਚਾਹੋ ਤਾਂ ਰਨਿੰਗ ਵਾਟਰ ਵਿੱਚ ਜਲ ਪ੍ਰਵਾਹ ਕਰ ਸਕਦੇ ਹੋ। ਕਈ ਲੋਕ ਪੁੱਛਦੇ ਹਨ ਨਦੀ ਨਹੀਂ ਹੈ ਤਾਂ ਕੋਈ ਗੱਲ ਨਹੀਂ, ਤਲਾਬ ਹੋਏਗਾ ਉੱਥੇ ਵੀ ਸੁੱਟ ਸਕਦੇ ਹੋ, ਕੋਈ ਖੂਹ ਜਾਂ ਬਾਉਲੀ ਹੋਏਗੀ ਉੱਥੇ ਵੀ ਤੁਸੀਂ ਇਸ ਨੂੰ ਜਲ ਪ੍ਰਵਾਹ ਕਰ ਸਕਦੇ ਹੋ। ਹੁਣ ਜਿਹੜੇ ਉਹਦੇ ਅੰਦਰ 5 ਲੌਂਗ ਬੱਚੇ ਹੈ, ਉਹ ਪੂਰੇ ਜਲਣਗੇ ਤਾਂ ਨਹੀਂ, ਉਹ 5 ਲੌਂਗ ਲੈ ਕੇ ਤੁਸੀਂ ਆਪਣੇ ਘਰ ਦੇ ਬਾਹਰ ਜਾਣਾ ਹੈ ਤੇ ਆਪਣੇ ਇਹ 5 ਲੌਂਗ ਨੂੰ ਤੁਸੀਂ ਆਪਣੀ 4 ਦਿਸ਼ਾਵਾਂ ਤੇ, 4 ਲੌਂਗ ਤਾਂ ਤੁਸੀਂ ਆਪਣੀ 4 ਦਿਸ਼ਾਵਾਂ ਵਿੱਚ ਸੁੱਟ ਰਹੇ ਹਨ, ਉਸ ਮਨੁੱਖ ਦਾ ਨਾਮ ਲੈ ਕੇ ਜੋ ਤੁਹਾਡੇ ਪੈਸੇ ਵਾਪਿਸ ਨਹੀਂ ਕਰ ਰਿਹਾ ਹੈ। ਪਹਿਲਾ ਲੌਂਗ ਲੈ ਕੇ ਇੱਕ ਫੂਕ ਮਾਰਨੀ ਹੈ, ਉਸ ਬੰਦੇ ਦਾ ਨਾਮ ਲੈਣਾ ਹੈ, ਅੱਗੇ ਸੁੱਟ ਦੇਣਾ ਹੈ, ਦੂਸਰਾ ਲੌਂਗ ਲੈ ਕੇ ਇੱਕ ਫੂਕ ਮਾਰਨੀ ਹੈ, ਪਿੱਛੇ ਸੁੱਟ ਦੇਣਾ ਹੈ, ਇੱਕ ਸੱਜੇ ਖੱਬੇ ਅੱਗੇ ਪਿੱਛੇ ਫੂਕ ਮਾਰਦੇ ਹੋਏ ਉਸ ਬੰਦੇ ਦਾ ਨਾਮ ਲੈਂਦੇ ਹੋਏ ਸੁੱਟ ਦੇਣਾ ਹੈ, ਔਰ 5ਵਾਂ ਲੌਂਗ ਜਿਹੜਾ ਹੈ ਉੱਪਰ ਦੇਖਦੇ ਹੋਏ ਉਸ ਬੰਦੇ ਦਾ ਨਾਮ ਲੈਂਦੇ ਹੋਏ ਸੁੱਟ ਦੇਣਾ ਹੈ। ਯਾਨੀ ਕਿ ਅਸੀਂ ਪੂਰੀ ਜਿਹੜੀ ਨਾ ਅਸੀਂ ਬ੍ਰਹਿਮੰਡ ਤੇ ਆਪਣਾ ਮੈਸੇਜ ਭੇਜ ਦਿੱਤਾ ਹੈ, ਅੱਗੇ ਪਿੱਛੇ ਸੱਜੇ ਖੱਬੇ ਉੱਪਰ ਹਰ ਜਗ੍ਹਾ ਤੇ ਉਹ ਮੈਸੇਜ ਪਹੁੰਚ ਗਿਆ ਹੈ, ਤੇ ਉਹ ਹੁਣ ਚੀਜ਼ ਜਿਹੜੀ ਹੈ ਨਾ ਉਸ ਬੰਦੇ ਨੂੰ ਇੰਨਾ ਪਰੇਸ਼ਾਨ ਕਰੇਗੀ ਕਿ ਜਦ ਤੱਕ ਉਹ ਤੁਹਾਡੇ ਪੈਸੇ ਵਾਪਿਸ ਨਹੀਂ ਕਰੇਗਾ, ਉਸ ਨੂੰ ਖੁਦ ਨੂੰ ਚੈਨ ਨਹੀਂ ਆਏਗਾ, ਖੁਦ ਆ ਕੇ ਤੁਹਾਡੇ ਘਰ ਪੈਸੇ ਵਾਪਸ ਕਰੇਗਾ, ਉਸ ਨੂੰ ਘਬਰਾਹਟ ਹੋਏਗੀ, ਸਿਰ ਦਰਦ ਹੋਏਗਾ ਕਿ ਮੈਂ ਉਸ ਬੰਦੇ ਦੇ ਪੈਸੇ ਜਲਦੀ ਤੋਂ ਜਲਦੀ ਵਾਪਿਸ ਕਰਾਂ। ਬਸ ਇਹ ਤੁਸੀਂ ਕੰਮ ਹਰ ਬੁੱਧਵਾਰ ਕਰ ਲੈਣਾ, ਮਤਲਬ 4 ਤੋਂ 5 ਬੁੱਧਵਾਰ ਕਰੋ, ਤੁਹਾਡਾ ਪੈਸਾ ਜ਼ਰੂਰ ਵਾਪਿਸ ਆਏਗਾ। ਅਤੇ ਚਲੋ ਜੀ, ਐਸੀ ਮੇਰੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਉਪਾਅ ਚੰਗੀ ਲੱਗੀ ਹੈ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਜੀ। ਅਤੇ ਚਲੋ ਮੈਨੂੰ ਹੁਣ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।